ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਰਹੀ ਮੈਂ ਤੇਰੀ ਨਾ ਤੁਮ ਬੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਤਤ ਵਿਚਾਰ ਜਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਹਿ ਆਇਓ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ ਪਨ ਮਥਰਾ ਕਛ ਭੇਦ ਨਹੀਂ ਪਰ ਤਖੁਰ ਅਰਜਨ ਪਰ ਤਖ ਹਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਰਾਜਾਨ ਰਾਜ ਪੈਨਾਨ ਭਾਨ ਉਪਮਾ ਮਹਾਨ ਮਹਾਨ ਉਪਮਾ ਦੇ ਸਾਗਰ ਸਾਰੇ ਧਰਮਾਂ ਦੇ ਸਾਂਝੇ ਰਹਿਬਰ ਸ਼ਬਦਾ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਾਜ਼ਰ ਹਜ਼ੂਰੀ 'ਚ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਤ ਝੁਕਾ ਕੇ ਆਪਣੀ ਅਤੇ ਮੇਰੀ ਹਾਜ਼ਰੀ ਲਵਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਦੇ ਪ੍ਰਵਾਹ ਚੱਲ ਰਹੇ ਸਨ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੇ ਦੁਨੀਆਂ ਦੇ ਵਿੱਚ ਸ਼ਹੀਦ ਹੋਰ ਵੀ ਬੜੇ ਹੋਏ ਨੇ ਪਰ ਕਿਸੇ ਦੇ ਨਾਲ ਸ਼ਹੀਦਾਂ ਦੇ ਸਰਤਾਜ ਨਹੀਂ ਲੱਗਾ। ਕਾਰਨ ਕੀ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਕਿਉਂ ਹੋਈ? ਬੜਾ ਸੀਮਤ ਜਿਹਾ ਸਮਾਂ, 15-20 ਮਿੰਟ ਦਾ ਸਮਾਂ ਸਟੇਜ ਵੱਲੋਂ ਅਨਾਊਂਸ ਹੋਇਆ। ਮੈਂ ਕੁਛ ਕੁਛ ਨੁਕਤਿਆਂ ਤੇ ਗੱਲ ਕਰਕੇ ਸਮੇਂ 'ਚ ਰਹਿਣ ਦਾ ਜਿਹੜਾ ਯਤਨ ਕਰਾਂਗਾ। ਪਹਿਲਿਆਂ ਸਮਿਆਂ ਦੇ ਵਿੱਚ ਜਦੋਂ ਕਿਸੇ ਨੂੰ ਕੋਲਿਆਂ ਤੇ ਚੱਲਣ ਦਾ ਹੁਕਮ ਹੋਇਆ ਨਾ ਤੇ ਡਰ ਗਿਆ। ਫਿਰ ਆਵਾਜ਼ ਆਈ ਉਹਨੂੰ ਆਕਾਸ਼ਾਂ ਤੋਂ, ਕਹਿੰਦੇ ਇੱਕ ਗੁਲਾਬ ਦਾ ਫੁੱਲ ਕੋਲਿਆਂ ਤੇ ਡਿੱਗਾ, ਉਹਨੂੰ ਆਵਾਜ਼ ਆਈ ਚੱਲ ਤੂੰ ਨਹੀਂ ਸੜੇਗਾ। ਉਹ ਪਾਸ ਹੋ ਗਿਆ। ਚਲੋ ਜੇ ਕਿਸੇ ਨੂੰ ਆਪਣੇ ਮੁੰਡੇ ਦੇ ਧੌਣ ਤੇ ਛੁਰੀ ਚਲਾਉਣ ਦਾ ਹੁਕਮ ਹੋਇਆ ਤੇ ਬੱਕਰੇ ਤੇ ਚਲਾ ਦਿੱਤੀ, ਬਕਰੀਦ ਬਣੀ। ਜਾਂ ਜੇ ਆਪਾਂ ਗੱਲ ਕਰੀਏ ਪਹਿਲਿਆਂ ਸਮਿਆਂ ਦੇ ਵਿੱਚ ਜਦੋਂ ਭਗਤ ਪ੍ਰਹਲਾਦ ਵਰਗਿਆਂ ਨੂੰ ਵੀ ਅੱਗ 'ਚ ਬਾਲਿਆ ਗਿਆ ਤੇ ਅੱਗ ਨੇ ਸੁਭਾਅ ਬਦਲਿਆ, ਆਪਣਾ ਹੋਲਕਾ ਸੜ ਗਈ, ਭਗਤ ਪ੍ਰਹਲਾਦ ਬਚ ਗਿਆ। ਇੱਥੋਂ ਤੱਕ ਤਤਾ ਥੰਮ ਵੀ ਜਿਹੜਾ ਉਹ ਠੰਡਾ ਹੋ ਗਿਆ। ਮਾਇਆ ਨੇ, ਅੱਗ ਨੇ ਆਪਣੀ ਮਾਇਆ ਵਰਤਾਈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਾਸਤੇ ਬਚਣ ਦੇ ਰਸਤੇ ਰੱਖੇ ਗਏ ਸਨ ਪਰ ਉਹਨਾਂ ਨੇ ਸ਼ਹੀਦੀ ਚੁਣੀ। ਬਾਣੀ ਕਹਿੰਦੀ ਗੇਰ ਤਰ ਜਲ ਜਵਾਲਾ ਤੇ ਰਾਖਿਓ ਰਾਜਾ ਰਾਮ ਮਾਇਆ ਫੇਰੀ। ਮਾਇਆ ਫੇਰ ਦਿੱਤੀ, ਅੱਗ ਜਿਹੜੀ ਉਹ ਠੰਡੀ ਹੋ ਗਈ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਵੀ ਤੇ ਬਹਿਣ ਲੱਗਿਆਂ ਲੋਹ ਨੂੰ ਇੱਕ ਗੱਲ ਕਹੀ ਸੀ, ਹੇ ਅੱਗ ਤੂੰ ਪਹਿਲਿਆਂ ਸਮਿਆਂ 'ਚ ਆਪਣਾ ਸੁਭਾਅ ਬਦਲ ਲੈਂਦੀ ਰਹੀ ਹੈ, ਯਾਦ ਰੱਖੀ ਤੂੰ ਆਪਣੇ ਧਰਮ 'ਚ ਪੱਕੀ ਰਹਿ ਤੇ ਅਸੀਂ ਆਪਣੇ ਧਰਮ 'ਚ ਪੱਕੇ ਰਵਾਂਗੇ। ਤੇਰਾ ਕੰਮ ਆ ਸਾੜਨਾ ਤੇ ਸਾਡਾ ਕੰਮ ਸੜਵਾਉਣਾ ਹੈ, ਤੂੰ ਆਪਣੇ ਧਰਮ 'ਚ ਪੱਕੀ ਰਹੀ ਤੇ ਅਸੀਂ ਆਪਣੇ ਧਰਮ 'ਚ ਪੱਕਿਆ ਰਵਾਂਗੇ। ਇਸ ਕਰਕੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਆਖਿਆ ਗਿਆ। ਕਾਰਨ ਕੀ ਸਨ? 4-5 ਕਾਰਨ ਬਣਦੇ ਜਿਹੜੇ ਵਿਦਵਾਨਾਂ ਨੇ ਲਿਖੇ ਨੇ। ਇੱਕ ਤੇ ਨਾ, ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਲੋਕਾਂ ਦੇ ਆਧਾਰ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਤਿਆਰ ਕੀਤਾ, ਜਦੋਂ 3 ਸਾਲ ਦੀ ਉਮਰ ਸੀ ਨਾ, ਤੇ ਨਾਨਾ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਪ੍ਰਸ਼ਾਦਾ ਛਕ ਰਹੇ ਨੇ ਮੰਜੇ ਤੇ ਬੈਠ ਕੇ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨਾ ਛੋਟੇ ਹੁੰਦਿਆਂ ਨੇ ਜਾ ਕੇ ਤੇ ਥਾਲ ਨੂੰ ਹੱਥ ਪਾ ਲਿਆ ਤੇ ਗੁਰੂ ਅਮਰਦਾਸ ਨੇ ਸਹਿਜ ਭਾਈ ਆਖਿਆ, ਠਹਿਰੋ ਇਹ ਥਾਲ ਦਿਆ ਬਾਲਕਾ, ਇਹ ਤੇ ਉਗਰੇ ਦਾ ਥਾਲ ਆ, ਤੂੰ ਤੇ ਇੱਕ ਦਿਨ ਐਸਾ ਥਾਲ ਪਰੋਸ ਕੇ ਜਾਏਗਾ ਜਿਹਦਾ ਦੁਨੀਆਂ ਤੇ ਆਧਾਰ ਹੋਏਗਾ। ਤੇ ਭੋਗ ਦੇ ਸਲੋਕਾਂ ਤੋਂ ਮਗਰੋਂ ਆਪ ਜੀ ਪੜ੍ਹਦੇ ਹੋ ਨਾ, ਮਦਾਵੜੀ ਮਹੱਲਾ 5 ਥਾਲ ਵਿੱਚ 3 ਵਸਤੂ ਪਈ ਹੋ। ਸੋ ਸਮਾਂ ਨਹੀਂ ਮੈਂ ਬਾਣੀ ਦੇ ਅਰਥ ਕਰ ਸਕਾਂ,
एक समा सी जदों सतगुरु गुरु अर्जन देव सच्चे पातशाह बाबा बुढ़ा साहब जी दे कोलों कार सेवा करा रहे ने श्री हरिमंदर साहब जी ते भाई गुरदास जी रचना कर रहे गुरु ग्रंथ साहब जी दी उदों चार भगत चार कवि आए उस समय जिन्हां चों इक दी राजे दरबार दे विच बड़ी पहुंच सीगी काना आया पीलू आया छज्जू आया शाह हुसैन आया वो कहिंदे जी सानूं पता लगा तुसीं ग्रंथ तैयार कर रहे हो ते साडी वी उस ग्रंथ दे विच रचना अंकित कर लो साहब कहिंदे ते रब दे घर दीआं गल्लां जे तुहाडी रचना सच होएगी इस संसार तो निरंकार दे घर तक जाण वाली होएगी ते जरूर अंकित करांगे तुसीं अपनी जिहड़ी कविता जां जिहड़ी बाणी है इनू उचारण करो असीं सरवण कर लैंदे आ ते पहला बोलिया कहिंदा कागज संधी पूतरी तो ना तेरिया निहाल कहिंदा इस्तरी कागज दी वी होवे लागे नहीं जाना चाहिदा साहब कहिंदे नहीं इह रब दे घर दीआं गल्लां नहीं इत्थों ते आवाज आउणी आ भंड जमीए भंड निमीए भंड होवे बधान सो क्यों मंदा की है जित जमे रजान इत्थों ते आवाज आउणी आ धन जणेंदी माओ आए सबर से तुसीं कहिंदे इस्तरी दे लागे नहीं जाना चाहिदा इह नहीं गल बणी दूसरे नूं आखिया तुसीं प्रमाण करो जी ਉਹ ਕਹਿੰਦਾ ਅਸਾਂ ਨਾਲੋਂ ਸੇ ਭਲੇ ਜੇ ਜੰਮਦਿਆਂ ਮਰ ਗਏ ਚਿੱਕੜ ਪੈਰ ਨਾ ਬੋੜਿਓ ਸੇ ਲੋਕ ਪਏ ਸਾਹਿਬ ਕਹਿੰਦੇ ਨਹੀਂ ਜੇ ਜੰਮਦਿਆਂ ਹੀ ਮਰ ਗਿਆ ਤੇ ਇੱਥੇ ਤਾਂ ਬਾਣੀ ਚੋਂ ਆਵਾਜ਼ ਆਉਣੀ ਆ ਘਾ ਲਿਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣਿਆ ਸੇ ਤੇ ਕੌਣ ਘਾਲ ਕਰੂ ਤੇ ਕੌਣ ਦਸਵੰਧ ਕਰੂ ਤੇ ਕੌਣ ਕਰੂਗਾ ਸਾਹਿਬ ਕਹਿੰਦੇ ਨਹੀਂ ਗੱਲ ਬਣ ਤੀਸਰੇ ਦੀ ਵਾਰੀ ਆਈ ਉਹ ਕਹਿੰਦਾ ਚੁੱਪ ਵੇ ਅੜਿਆ ਬੋਲਣ ਦੀ ਨੀ ਜਾ ਵੇ ਅੜਿਆ ਸਾਹਿਬ ਕਹਿੰਦੇ ਨਹੀਂ ਭਾਵੇਂ ਗੁਰਬਾਣੀ ਚ ਗਿਆ ਚੁੱਪੇ ਚੁੱਪ ਨਾ ਹੋਵੇ ਪਰ ਕਹਿੰਦੇ ਵੇਖਣਾ ਪੈਣਾ ਚੁੱਪ ਕਿੱਥੇ ਕਰਨਾ ਤੇ ਬੋਲਣਾ ਪੈਣਾ ਸਤਿਗੁਰੂ ਕਹਿੰਦੇ ਇੱਥੋਂ ਤੇ ਆਵਾਜ਼ ਆਉਣੀ ਆ ਸੰਤ ਮਿਲੇ ਕਿਸ ਸੁਣੀਐ ਕਹੀਐ ਮਿਲੇ ਅਸੰਤ ਮਸਤ ਕਰ ਰਹੀਐ ਕਹਿੰਦੇ ਜੇ ਕੋਈ ਰੱਬ ਦਾ ਪਿਆਰਾ ਮਿਲੇ ਤੇ ਬਚਨ ਬਲਾਸ ਕਰਨੇ ਪੈਣੇ ਆ ਕੋਈ ਨਾਸਤਕ ਮਿਲ ਜੇ ਤੇ ਉਸੇ ਚੁੱਪ ਕਰਨਾ ਪੈਣਾ ਉਹਨਾਂ ਦੀ ਬਾਣੀ ਅੰਕਿਤ ਨਹੀਂ ਹੋਈ ਔਰ ਉਹਨਾਂ ਦੇ ਵਿੱਚੋਂ ਇੱਕ ਦੀ ਜਿਹੜੀ ਸੀਗੀ ਜਹਾਂਗੀਰ ਦੇ ਨਾਲ ਬੜੀ ਨੇੜਤਾ ਸੀ ਇਹ ਕਾਰਨ ਬਣਿਆ ਜਿਹੜਾ ਕਿ ਗੁਰੂ ਅਰਜਨ ਦੇਵ ਦੀ ਸ਼ਹਾਦਤ ਬਾਰੇ ਇੱਕ ਕਾਰਨ ਬਣਿਆ ਚੰਦੂ ਦੀ ਲੜਕੀ ਦਾ ਰਿਸ਼ਤਾ ਲਾਗੀਆਂ ਨੇ ਸਹਿਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਕਰ ਦਿੱਤਾ ਲਾਗੀਆਂ ਨੇ ਜਦੋਂ ਜਾ ਕੇ ਦੱਸਿਆ ਵੀ ਅਸੀਂ ਬੱਚੀ ਤੁਹਾਡੀ ਦਾ ਰਿਸ਼ਤਾ ਜਿਹੜਾ ਬੜੇ ਵੱਡੇ ਘਰ ਦੇ ਕਰਕੇ ਆਏ ਆ ਤੇ ਉਸਨੇ ਜਿਹੜਾ ਸੀਗਾ ਉਹ ਕਹਿ ਦਿੱਤਾ ਵੀ ਤੁਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆਏ ਹੋ ਸੰਗਤ ਨੇ ਸੁਣਿਆ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਜਿਹੜਾ ਉਹ ਦੱਸ ਦਿੱਤਾ ਗੁਰੂ ਸਾਹਿਬ ਤੱਕ ਜਿਹੜੀ ਗੱਲ ਹੈ ਉਹ ਪਹੁੰਚਾ ਦਿੱਤੀ ਸੋ ਪ੍ਰਬੰਧਕ ਵੀ ਕਾਲੇ ਦੇ ਭਾਈ 20 ਮਿੰਟ ਦਾ ਟਾਈਮ ਦਿੱਤਾ 10 ਮਿੰਟਾਂ ਦੀ ਸਰੂਪਾ ਪਾਤਾ ਜੇ ਕਹੋ ਮੈਂ ਫਤਿਹ ਬੁਲਾ ਦਿੰਦਾ ਜੇ ਕਹੋ ਤੇ 5-7 ਮਿੰਟ ਮੈਂ ਲਾ ਲੈਣਾ ਸੋ ਬੇਨਤੀ ਹੈ ਜਦੋਂ ਕਹਿ ਕੇ ਆਏ ਇੱਕ ਕਾਰਨ ਇਹ ਬਣਿਆ ਇੱਕ ਕਾਰਨ ਬਣਿਆ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ ਤੇ ਉਹ ਪ੍ਰਸ਼ਾਦਾ ਛਕ ਗਿਆ ਲੰਗਰ ਚੋਂ ਬਹੁਤੇ ਇਤਿਹਾਸਕਾਰ ਕਹਿੰਦੇ ਆਇਆ ਨਹੀਂ ਪਰ ਤੁਰ ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਆਪ ਲਿਖਦਾ ਬੜੀ ਬੜੇ ਚਿਰ ਤੋਂ ਅੱਖ ਸੀਗੀ ਇੱਕ ਬਿਆਸਾ ਦਰਿਆ ਦੇ ਕੰਢੇ ਅਰਜਨ ਜਿਹੜਾ ਸੀ ਗੁਰੂ ਅਰਜਨ ਕਹਾਉਂਦਾ ਇੱਕ ਹਿੰਦੂ ਗੁਰੂ ਅਰਜਨ ਆਪਣੇ ਆਪ ਨੂੰ ਕਹਾਉਂਦਾ ਤੇ ਝੂਠ ਦੀ ਦੁਕਾਨ ਖੋਲ੍ਹ ਕੇ ਬੈਠਾ ਮੈਂ ਉਸਨੂੰ ਬੜੇ ਚਿਰ ਤੋਂ ਬੰਦ ਕਰਨਾ ਚਾਹੁੰਦਾ ਸਾਂ ਕੁਝ ਭਾਈ ਮੰਝ ਨੇ ਜਦੋਂ ਕਬਰਾਂ ਢਾ ਦਿੱਤੀਆਂ ਸਖੀ ਸਰਵਣੀਆਂ ਦਾ ਬੜਾ ਰੋਲ ਰਿਹਾ ਇਹਦੇ ਵਿੱਚ ਸੋ ਮੈਂ ਟੂਕ ਮਾਤਰ ਜਾਣ ਦਾ ਯਤਨ ਕਰਾਂਗਾ ਉਧਰੋਂ ਜਦੋਂ ਸੰਗਤ ਨੇ ਸੁਣਿਆ ਚਬਾਰੇ ਦੀ ਇੱਟ ਮੋਰੀ ਨੂੰ ਕਹਿਤਾ ਤੇ ਮੇਰੇ ਗੁਰੂ ਨੇ ਸੰਗਤ ਨੂੰ ਬਹੁਤ ਵੱਡੀ ਵਿਵਸਥਾ ਦਿੱਤੀ ਜੇ ਸੰਗਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵੀ ਇੱਥੋਂ ਤੱਕ ਕਹਿ ਦਿੱਤਾ ਸੋ ਖੋਜਤ ਖੋਜਤ ਸੁਣੀਏ ਸੋਏ ਦੁਨੀਆਂ ਦੇ ਲੋਕੋ ਅਸੀਂ ਖੋਜ ਖੋਜ ਕੇ ਇੱਕ ਚੀਜ਼ ਕੱਢੀ ਜੇ ਇਸ ਸੰਸਾਰ ਤੋਂ ਪਾਰ ਕਰਨ ਦਾ ਤਰੀਕਾ ਕੀ ਆ ਤੇ ਕਹਿੰਦੇ ਸਾਧ ਸੰਗਤ ਬਿਨ ਕਰਿਓ ਨਾ ਕੋਈ ਸਾਧ ਸੰਗਤ ਤੋਂ ਬਿਨਾਂ ਕੋਈ ਅਧਾਰਾ ਨਹੀਂ ਜਦੋਂ ਚਿੱਠੀ ਸੰਗਤਾਂ ਨੇ ਭੇਜੀ ਗੁਰੂ ਸਾਹਿਬ ਨੇ ਚਿੱਠੀ ਪੜ੍ਹੀ ਤੇ ਕਹਿੰਦੇ ਸਭ ਨੇ ਕਿਹਾ ਨਾ ਲਿਹੋ ਵਧਾਈ ਸਤਿਗੁਰੂ ਨੇ ਗੁਰੂ ਘਰ ਨੂੰ ਮੋਰੀ ਆਖਿਆ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਚੰਦੂ ਨੂੰ ਅੱਗ ਲੱਗ ਗਈ ਜਹਾਂਗੀਰਿਆ ਵੈਸੇ ਤੇ ਜਿਹੜਾ ਤਪਾਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਘਰ ਤੋਂ ਹੀ ਪਹਿਲਾਂ ਬੜਾ ਗਿਆ ਪ੍ਰਿਥਵੀ ਚੰਦ ਨੇ ਬਹੁਤ ਯਤਨ ਕੀਤਾ ਤਪਾਉਣ ਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਛੋਟੀ ਜਿਹੀ ਅਵਸਥਾ ਇੱਕ ਵਾਰੀ 3-3.5 ਸਾਲ ਦੀ ਉਮਰ ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਮਰੇ 'ਚ ਮੰਜੇ ਤੇ ਰੱਬ ਦੇ ਨਾਂ ਦੇ ਵਿੱਚ ਜੁੜੇ ਹੋਏ ਨੇ ਤੇ ਉਹਨਾਂ ਨੂੰ ਰੋਣ ਦੀ ਆਵਾਜ਼ ਆਈ ਤੇ ਆਵਾਜ਼ ਦਿੱਤੀ ਭਾਨੀਏ ਅਰਜਨ ਕਿਉਂ ਰੋਇਆ ਕਹਿੰਦੀ ਪਿਤਾ ਜੀ ਮੈਂ ਇਹਨੂੰ ਮਾਰਿਆ ਨਹੀਂ ਮੈਨੂੰ ਪਤਾ ਤੁਹਾਡਾ ਪਿਆਰ ਬੜਾ ਇਹਦੇ ਨਾਲ ਪਰ ਮੈਂ ਇਹਨੂੰ ਮਾਰਿਆ ਨਹੀਂ ਕਿਹਾ ਕਹਿੰਦੇ ਫਿਰ ਰੋਇਆ ਕਿਉਂ ਕਹਿੰਦੀ ਭੱਜ ਭੱਜ ਕੇ ਚੁੱਲ੍ਹੇ ਜੱਗ ਬਲਦੀ ਪਈ ਤੇ ਜਾ ਕੇ ਅੱਗ ਨੂੰ ਹੱਥ ਪਾਉਂਦਾ ਮੈਂ ਤਾਂ ਪਛਾਹ ਕੀਤਾ ਕਹਿੰਦੇ ਭਾਨੀਏ ਨੂੰ ਕੁਛ ਕਹਿ ਨਾ ਇਹਦਾ ਅੱਗ ਦੇ ਨਾਲ ਕੈਸਾ ਪਿਆਰ ਹੈ ਤੈਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੂ
ਸੋ ਖੈਰ ਉਹ ਜਿਹੜਾ ਸੀ ਉਸੇ ਸਰਕਾਰੀ ਫਰਮਾਨ ਜਾਰੀ ਹੋਇਆ ਚੰਗੇਜੀ ਕਾਨੂੰਨ ਦੇ ਤਹਿਤ ਜਿਹੜਾ ਸੀ ਚੰਗੇਜੀ ਲਾ ਦੇ ਕਹਿ ਲਈ ਤਹਿਤ ਗੁਰੂ ਅਰਜਨ ਦੇਵ ਨੂੰ ਸ਼ਹਾਦਤ ਦਿੱਤੀ ਗਈ ਉਹ ਮੰਨਦੇ ਸਨ ਵੀ ਰੱਬ ਦੇ ਰੰਗ ਵਿੱਚ ਰਤੀ ਰੂਹ ਨੂੰ ਜਦੋਂ ਮਾਰਨਾ ਹੋਵੇ ਤੇ ਇਸ ਤਰੀਕੇ ਨਾਲ ਕਤਲ ਕਰੋ ਸ਼ਹੀਦ ਕਰੋ ਕਿ ਉਹਦੇ ਖੂਨ ਦਾ ਤਬਕਾ ਵੀ ਜ਼ਮੀਨ ਤੇ ਨਾ ਪਵੇ ਨਹੀਂ ਤੇ ਜਿਹੜੇ ਹੈ ਉਦੋਂ ਸ਼ਹੀਦ ਬਹੁਤ ਪੈਦਾ ਹੁੰਦੇ ਨੇ ਸੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਲਾਹੌਰ ਜਿਹੜਾ ਸੱਦਿਆ ਗਿਆ ਉਹ ਲਾਹੌਰ ਸੀ ਜਦੋਂ ਕਾਲ ਪੈ ਗਿਆ ਨਾ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਹੱਥੀਂ ਜਾ ਕੇ ਰੋਗੀਆਂ ਦੀ ਸੇਵਾ ਕੀਤੀ ਹੱਥੀਂ ਜਾ ਕੇ ਲੰਗਰ ਪ੍ਰਸ਼ਾਦਾ ਜਿਹੜਾ ਉੱਥੇ ਛਕਾਇਆ ਸੋ ਸੱਦਿਆ ਗਿਆ ਚਾਰ ਪੰਜ ਦਿਨ ਦੇ ਤਸੀਹੇ ਜਿਹੜੇ ਸਨ ਉਹ ਦਿੱਤੇ ਤੇ ਮੈਂ ਸੁਣ ਰਿਹਾ ਸਾਂ ਬਚਨ ਇੱਕ ਸੱਜਣ ਨੂੰ ਪੜ੍ਹ ਰਿਹਾ ਸਾਂ ਤੇ ਉਹਨਾਂ ਲਿਖਿਆ ਜਦੋਂ ਸਾਈ ਮੀਆਂ ਮੀਰ ਕੋ ਨੀਰ ਖਾਈ ਨਾ ਸ੍ਰੀ ਹਰਿਮੰਦਰ ਸਾਹਿਬ ਦੀ ਤੇ ਉਹ ਕਹਿੰਦਾ ਮਹਾਰਾਜ ਤੁਸੀਂ ਨੀਂਹ ਰੱਖੋ ਕਹਿੰਦੇ ਨਹੀਂ ਸਾਈ ਇਹ ਨੀਂਹ ਤੂੰ ਰੱਖ ਇੱਕ ਨੀਂਹ ਅਸੀਂ ਰੱਖਾਂਗੇ ਉਹ ਕਹਿੰਦੇ ਕਿਹੜੀ ਨੀਂਹ ਕਹਿੰਦੇ ਤੈਨੂੰ ਦੱਸਾਂਗੇ ਤੈਨੂੰ ਪਤਾ ਲੱਗ ਜੂਗਾ ਕਹਿੰਦੇ ਸਾਹਿਬ ਅੱਜ ਮੈਂ ਨੀਂਹ ਰੱਖ ਰਿਹਾ ਮੇਰੇ ਕੋਲ ਜੇ ਤੇ ਜਦੋਂ ਤੁਸੀਂ ਨੀਂਹ ਰੱਖੋਗੇ ਮੈਂ ਤੁਹਾਡੇ ਕੋਲ ਹੋਵਾਂਗਾ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਾਂ ਤੂੰ ਸਾਡੇ ਕੋਲ ਹੋਵੇਗਾ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਲਾਹੌਰ ਦੀ ਧਰਤੀ ਦੇ ਉੱਤੇ ਦੇਗ ਦੇ ਵਿੱਚ ਉਬਾਲਿਆ ਗਿਆ ਪਹਿਲਾਂ ਜਿਹੜਾ ਸਰੀਰ ਸੀਗਾ ਮਾਸ ਹੱਡਾਂ ਨਾਲੋਂ ਵੱਖਰਾ ਹੋ ਗਿਆ ਅਸੀਂ ਗ੍ਰਿਸ਼ਤੀ ਪਰਿਵਾਰ ਵਾਲੇ ਹਾਂ ਕਦੇ ਚੁੱਲ੍ਹੇ ਦੇ ਉੱਤੇ ਕਦੇ ਪਤੀਲਾ ਧਰਿਆ ਹੋਵੇ ਤੇ ਢੱਕਣ ਚੁੱਕਣ ਲੱਗਿਆ ਭਾਫ ਪੈ ਜਾਏ ਨਾ ਹੱਥ ਨੂੰ ਤੇ ਨਾਲ ਹੀ ਢੱਕਣ ਛੁੱਟ ਜਾਂਦਾ ਦੇਗ ਦੇ ਵਿੱਚ ਉਬਾਲਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਜਦੋਂ ਬਚਨ ਸੁਣੇ ਸਾਈ ਮੀਆਂ ਮੀਰ ਨੇ ਉਦੋਂ ਵੀ ਸਵਾਲ ਕੀਤਾ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਚਲਾਈ ਸਤਿਗੁਰੂ ਆ ਜਿਹੜੇ ਬਚਨੇ ਆ ਮਨ ਦੀ ਅਵਸਥਾ ਕਿ ਜਾਂ ਸੱਚ ਹੋ ਸਕਦਾ ਕਹਿੰਦੇ ਅਸੀਂ ਸਾਈ ਜੀ ਤੈਨੂੰ ਪ੍ਰੈਕਟੀਕਲੀ ਕਰਕੇ ਦਿਖਾਵਾਂਗੇ ਅੱਜ ਲਾਹੌਰ ਤੇ ਉਹ ਸਮਾਂ ਆ ਗਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਦੇਗ ਚ ਉਬਾਲਿਆ ਗਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜਦੋਂ ਲੋਹ ਤੇ ਬਿਠਾ ਲਿਆ ਗਿਆ ਲੋਹ ਲੈ ਕੇ ਆਂਦੀ ਗਈ ਗਰਮ ਕੀਤੀ ਆ ਗੁਰੂ ਅਰਜਨ ਪਾਤਸ਼ਾਹ ਨੂੰ ਫੜ ਕੇ ਲਿਆਂਦਾ ਲੋਹ ਤੇ ਬਿਠਾਉਣ ਲੱਗਿਆ ਤੇ ਲੋਹ ਅਜੇ ਪੂਰੀ ਲਾਲ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਬਤ ਇੱਕ ਵਿਦਵਾਨ ਲਿਖਦਾ ਕਹਿੰਦੇ ਚੰਦੂ ਚੰਦਰਾ ਚੰਦ ਚੜ੍ਹਾਉਣ ਲੱਗਾ ਤੇ ਕਹਿੰਦਾ ਇਸ ਲੋਹ ਨੂੰ ਜਰਾ ਤਪਾਓ ਛੇਤੀ ਸੂਰਜ ਲਾ ਕੇ ਪੀਸ ਕੇ ਰੇਤ ਇਹਦੀ ਤੇ ਅਰਜਨ ਗੁਰੂ ਦੇ ਸੀ ਚ ਪਾਓ ਛੇਤੀ ਅੱਗੋ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਉਹ ਤੁਹਾਨੂੰ ਲੋਹ ਤਪਾਉਣ ਦਾ ਢੰਗ ਕੋਈ ਨਾ ਜਿਹੜਾ ਰੰਗ ਸ਼ਹੀਦੀ ਮੰਗਦੀ ਇਸ ਲੋਹ ਦਾ ਜਾਪਦਾ ਰੰਗ ਕੋਈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਲੋਹ ਤੇ ਬਿਠਾਇਆ ਗਿਆ ਤੇ ਸਾਈ ਮੀਆਂ ਮੀਰ ਨੂੰ ਪਤਾ ਲੱਗਾ ਸਾਈ ਮੀਆਂ ਮੀਰ ਜਿਹੜਾ ਸੀ ਭਾਜੇ ਦਾ ਦੌੜਦਾ ਹੋਇਆ ਜਦੋਂ ਗੁਰੂ ਸਾਹਿਬ ਦਾ ਆਣ ਕੇ ਹਾਲ ਵੇਖਿਆ ਸਾਈ ਮੀਆਂ ਮੀਰ ਨੇ ਤੇ ਰੋ ਉੱਠਿਆ ਕੁਰਲਾ ਉੱਠਿਆ ਵਿਦਵਾਨ ਕਹਿੰਦਾ ਚਾਰੋਂ ਤਰਫ ਅੱਗ ਪਰਸੇ ਸਿੱਖ ਸੀ ਤਨ ਸਾੜਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਈ ਮੀਆਂ ਮੀਰ ਅੱਗਠਾ ਹਾਲ ਜਦ ਜਾੜਦਾ ਹੋ ਵਿਆਕੜ ਰੋ ਪਿਆ ਚੀਕਾਂ ਤੇ ਧਾਈ ਮਾਰ ਗਿਆ ਧਾਹਾਂ ਨਿਕਲ ਗਈਆਂ ਉਹਦੀਆਂ ਸਤਿਗੁਰੂ ਕਿਹਾ ਮੀਆਂ ਸਾਈ ਜੀ ਛੋਡੋ ਪ੍ਰੀਤੀ ਚਾਮ ਸੇ ਕਿਆ ਹੋਵਾ ਤਨ ਤਪ ਰਹਾ ਮਨ ਸ਼ਾਹ ਤੇ ਹਰ ਨਾਮ ਸੇ ਸਾਈ ਫਿਕਰ ਨਾ ਕਰ ਇਹ ਲੋਹ ਦੇ ਉੱਤੇ ਅੱਜ ਵੀ ਸਾਨੂੰ ਉਹ ਆਨੰਦ ਆ ਰਿਹਾ ਜਿਹੜਾ ਆਨੰਦ ਤੂੰ ਸਾਨੂੰ ਹਰਿਮੰਦਰ ਸਾਹਿਬ ਦੇ ਥੜੇ ਤੇ ਬੈਠਿਆ ਵੇਖਿਆ ਸਾਈ ਮੀਆਂ ਮੀਰ ਸਾਨੂੰ ਅੱਜ ਵੀ ਉਹ ਆਨੰਦ ਆ ਰਿਹਾ ਹੈ ਜਿਹੜਾ ਆਨੰਦ ਤੂੰ ਤਰਨ ਤਾਰਨ ਸਾਹਿਬ ਦੀ ਧਰਤੀ ਦੇ ਉੱਤੇ ਵੇਖਿਆ ਕਿਉਂਕਿ ਸਾਹਿਬ ਨੇ ਬਾਣੀ ਚ ਵੀ ਕਿਹਾ ਨਾ ਕਹਿੰਦੇ ਚੰਦਨ ਦੀ ਲੱਕੜ ਬੜੀ ਠੰਡੀ ਹੁੰਦੀ ਹੈ ਤੇ ਚੰਦ ਦੀ ਰਾਤ ਚੰਦਰਮਾ ਵਾਲੀ ਰਾਤ ਵੀ ਬੜੀ ਠੰਡੀ ਹੁੰਦੀ ਪਰ ਇਹ ਅੰਦਰ ਦੀ ਤਪਸ਼ ਨੂੰ ਖਤਮ ਨਹੀਂ ਕਰ ਸਕਦੀ ਸਤਿਗੁਰ ਕਹਿੰਦੇ ਚੰਦਨ ਚੰਦ ਨਾ ਸਰਬ ਰੁੱਤ ਮੂਲ ਨਾ ਮਿਟਹੀ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਇਸ ਕਰਕੇ ਅੰਦਰ ਦੀ ਤਪਸ਼ ਬਾਣੀ ਦੇ ਨਾਲ ਨਾਮ ਦੇ ਨਾਲ ਹੀ ਠੰਡਿਆ ਹੋ ਸਕਦੀ ਆ ਸਤਿਗੁਰੂ ਕਹਿੰਦੇ ਸਾਈ ਘਬਰਾ ਨਾ ਇਹ ਤੇ ਕੱਚਾ ਘਰੀਰ ਦਾ ਘਰ ਸਾਈ ਵਿੱਚ ਜਿੰਦ ਦਮਾਨੜੀ ਬਹਿ ਗਈ ਹੈ ਕੀ ਲਿਪਣਾ ਇਸ ਕੋਠੜੇ ਦਾ ਇਹਦੀ ਕੰਧ ਦਵੱਲਿਓ ਢਹਿ ਗਈ ਹੈ ਮੌਤ ਦੀ ਸਿੱਜ ਤੇ ਅਸਾਂ ਨੇ ਸੌ ਜਾਣਾ ਤੇ ਮੰਜੀ ਚਿਖਾ ਤੇ ਅਸਾਂ ਦੀ ਡਹਿ ਗਈ ਹੈ ਸਾਈ ਸਿਰ ਦਿੱਤੇ ਆਵਾਜ਼ ਦੀ ਗੱਲ ਬਣਦੀ ਇੱਕ ਖੇਡ ਅਵਦੜੀ ਪੈ ਗਈ ਹੈ ਸ਼ਹਾਦਤਾਂ ਦਾ ਬੂਟਾ ਅਸੀਂ ਲਾਉਣਾ ਗੁਰੂ ਅਰਜਨ ਦੇਵ ਤੱਕ ਸ਼ਾਂਤਮਈ ਸ਼ਹਾਦਤ ਹੋਈ ਹੈ ਤੇ ਸ਼ਾਂਤਮਈ ਸ਼ਹਾਦਤ ਤੋਂ ਮਗਰੋਂ ਮੁੜ ਕੇ ਕ੍ਰਾਂਤੀ ਨੇ ਜਨਮ ਲਿਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੋ ਤਲਵਾਰਾਂ ਪਹਿਨੀਆਂ ਮੈਂ ਇੱਕ ਅੱਧੇ ਮਿੰਟ ਦੇ ਵਿੱਚ ਸਮਾਪਤੀ ਕਰਦਿਆਂ ਗੁਰੂ ਸਾਹਿਬ ਨੂੰ ਦੇਗ ਚ ਉਬਾਲਿਆ ਗਿਆ ਗੁਰੂ ਸਾਹਿਬ ਤੇ ਤੱਤੀ ਰੇਤ ਪਾਈ ਗਈ ਤਵੀ ਤੇ ਬਿਠਾਲਿਆ ਗਿਆ ਫਿਰ ਸਤਿਗੁਰੂ ਰਾਵੀ ਦੇ ਵਿੱਚ ਇਸ਼ਨਾਨ ਕਰਨ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਗਏ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕਹੇ ਮੇਰੀ ਆਵਾਜ਼ ਨੂੰ ਤੇ ਤੁਸੀਂ ਦਬਾ ਸਕਦੇ ਹੋ ਪਰ ਜਦੋਂ ਮੇਰੇ ਪੁੱਤਰ ਨੇ ਉੱਠਣਾ ਤੁਹਾਡੇ ਕੋਲ ਦਬਾਇਆ ਨਹੀਂ ਜਾਣਾ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ ਪਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਾਸੀਲੇ ਆਤਸ਼ੋ ਆਹਾਨ ਬਹੁਤ ਬੁਲੰਦ ਸਹੀ ਪਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ
मगर हर गोबिंद की तलवार कौन रोकेगा। मेरे पुत्र की तलवार गाड़ी तुसी टिकना नहीं, मेरे पुत्र की तलवार अगे तुसी टिक नहीं सकते। रावी दे विच सतगुरु सच्चे पातशाह ने इशनान किया ते बदवान कहिंदे शहादत प्राप्त करती। सुगुरद सतगुरु सच्चे पातशाह रावी दे हो गए ने, सूरज किरण मिले जल का जल हुआ राम, ज्योति ज्योत रली सब पूरन थिया राम, ज्यों जल में जल आए ठिकाना, त्यों ज्योति संग ज्योत समाना। सतगुरु सच्चे पातशाह महाराज जी ने शहीदां दे सरदार गुरु अर्जन देव सच्चे पातशाह ने जिहड़ी शहादत प्राप्त की, शांतमई शहादत प्राप्त की, उसके बाद क्रांति आई, फिर शांति दे नाल सतगुरु सच्चे पातशाह का प्रचार चलिया, फिर गुरु तेग बहादुर साहब ने शांतमई शहादत पाई, तो उसके बाद फिर क्रांति आई। ये समा जिहड़ा है ये अपनी करवट जिहड़ा चलदा। सो मैं होर भी बचन अपना सांझे करने चाहुंदा सां, पर समय दे विच रह के समा ज्यादा नहीं। सो धन गुरु अर्जन देव सच्चे पातशाह की शहादत नूं जिहड़ा उह कोट कोट प्रणाम करदे हां। उत्थे नाल साध संगत आप नूं पता है कि जो इस वेले साडे समाज दे विच ਜਾਂ ਜਿਵੇਂ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ, ਇੱਕ ਸ਼ਖਸੀਅਤ ਸਾਡੇ ਕੋਲ ਆਈ ਜਿਹੜੇ 6.5 ਮਹੀਨੇ ਇੰਗਲੈਂਡ ਤੋਂ ਜਾ ਕੇ ਭਾਈ ਸੁਖਵੰਤ ਸਿੰਘ ਹੋਣਾ ਨੇ ਉਸ ਸੰਘਰਸ਼ ਦੇ ਵਿੱਚ ਲਾਏ ਨੇ। ਹੋ ਸਕਦਾ ਜੇ ਉਹਨਾਂ ਨੂੰ ਸਮਾਂ ਮਿਲਿਆ ਤੇ ਉਹਦੀ ਉਹ ਅਪਡੇਟ ਦੇਣਗੇ, ਜਾਂ ਕਿਵੇਂ ਕਿਵੇਂ ਸਮਾਂ ਜਿਹੜਾ ਕਰਵਟ ਲੈ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ। ਸੋ ਉਹਦੇ ਬਾਰੇ ਕੋਈ ਹੋਰ ਜਾਣਕਾਰੀ ਹੋਈ ਤੇ ਆਪ ਦੇ ਨਾਲ ਜਿਹੜੀ ਉਹ ਸਾਂਝੀ ਜ਼ਰੂਰ ਕਰਾਂਗੇ। ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਨਿਮਾਣੇ ਜੇ 10 ਤੋਂ 4 ਜਿਹੜੇ ਉਕਰਾਏ ਸਮੇਂ ਦੇ ਮੁਤਾਬਕ। ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸੋ ਭਾਈ ਅਮਰੀਕ ਸਿੰਘ ਜੀ ਦੀ ਮੁੱਖ ਸੇਵਾਦਾਰ ਭਾਵਕ ਸਨ ਜਦੋਂ ਬੋਲ ਰਹੇ ਸਨ। ਪ੍ਰਸਾਦ ਸੰਗਤ ਹਰ ਪ੍ਰਬੰਧ ਦਾ ਗੁਰਦੁਆਰੇ ਦਾ ਆਪਣਾ ਆਪਣਾ ਵਿਧਾਨ ਹੁੰਦਾ ਪ੍ਰਬੰਧ ਦਾ ਜਾਂ ਕਿੱਦਾਂ, ਪਰ ਪਿਛਲੇ ਤਕਰੀਬਨ 10-15 ਸਾਲ ਤੋਂ ਸਾਰੀਆਂ ਸੰਗਤਾਂ ਜਿਹੜੀਆਂ ਆਪਾਂ ਗੁਰੂ ਘਰ ਨਾਲ ਜੁੜੇ ਹਾਂ ਆਉਂਦੇ ਜਾਂਦੇ ਹਾਂ, ਪਰ ਜਿਹੜੀ ਪਿਛਲੇ 2 ਸਾਲ ਤੋਂ ਇਹਨਾਂ ਨੇ ਇੰਨੀ ਤੇਜ਼ੀ ਦੇ ਨਾਲ ਸੇਵਾ ਕਰਕੇ ਇੰਨੇ ਵਧੀਆ ਗੁਰੂ ਸਾਹਿਬ ਦੇ ਦਰਬਾਰ ਜਿਹੜੇ ਬਣਾਏ, ਇੰਨੀਆਂ ਵਧੀਆ ਜਿਹੜੀਆਂ ਸੇਵਾਵਾਂ ਕੀਤੀਆਂ। ਸੋ ਮੈਂ ਖਿਮਾ ਮੰਗ ਕੇ ਬਚਨ ਕਹਿ ਦਿਆਂ, ਕਿਉਂਕਿ ਆਪਣਾ ਆਪਣਾ ਗੁਰਦੁਆਰੇ ਦਾ ਵਿਧਾਨ ਹੈ, ਕਿਸੇ ਦੂਸਰੇ ਦਾ ਬੋਲਣ ਦਾ ਫਰਜ਼ ਨਹੀਂ ਬਣਦਾ। ਪਰ ਮੈਂ ਤੇ ਬੇਨਤੀ ਕਰੂੰਗਾ ਵੀ ਬਹੁਤ ਸੇਵਾ ਜੇ ਹੋਰ ਰਹਿੰਦੀਆਂ ਸੰਗਤ ਸਰਬਸੰਮਤੀ ਨਾਲ ਕਿਤੇ 1-2 ਸਾਲ ਹੋਰ ਦੇ ਦਿਓ ਤੇ ਗੁਰਦੁਆਰਾ ਸਾਹਿਬ ਦਾ ਬਾਹਰਲਾ ਵੀ ਜਿਹੜਾ ਸੁੰਦਰੀਕਰਨ ਹੋ ਜਾਏ ਜੋ ਅਸੀਂ ਅੱਖਾਂ ਨਾਲ ਵੇਖਿਆ। ਸੋ ਸਤਿਗੁਰੂ ਕਿਰਪਾ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਉਹਦੇ ਨਾਲ ਨਾਲ ਆਵਾਜ਼ੇ ਕੌਮ ਟੀਵੀ ਤੇ ਭਾਈ ਰਣਵੀਰ ਸਿੰਘ ਹੁਣੀ ਲਾਈਵ ਕਰ ਰਹੇ ਨੇ ਸਵੇਰ ਦੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਨਾਲ ਹੀ ਆਨਲਾਈਨ ਪੇਪਰ ਆਵਾਜ਼ੇ ਕੌਮ ਪੇਪਰ ਵੀ ਇਹ ਕੱਢਦੇ ਨੇ, ਜਿਹੜਾ ਪੇਪਰ 84 ਤੋਂ ਬਾਅਦ ਇੰਟਰਨੈਸ਼ਨਲ ਸਿੱਖ ਯੂਥ ਫਾਊਂਡੇਸ਼ਨ ਕੱਢਦੀ ਸੀ, ਕੁਛ ਕਾਰਨਾਂ ਕਰਕੇ ਬੰਦ ਹੋ ਗਿਆ। ਸੋ ਆਨਲਾਈਨ ਪੇਪਰ ਵੀ ਜਿਹੜਾ ਹੈ ਉਹ ਇਹ ਚਲਾ ਰਹੇ ਨੇ, ਨਾਲ ਆਵਾਜ਼ੇ ਕੌਮ ਟੀਵੀ ਜਿਹੜਾ ਚਲਾ ਰਹੇ ਲਾਈਵ ਚੱਲ ਰਿਹਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੇ ਵਜ਼ੀਰਾਂ ਦਾ, ਸੰਗਤਾਂ ਦਾ ਬਹੁਤ ਧੰਨਵਾਦ। ਤੇ ਇੱਕ ਬੇਨਤੀ ਕਰਾਂ, ਜਦੋਂ ਅਸੀਂ ਆਪਣੇ ਧੁਰੇ ਕੇਂਦਰ ਨਾਲੋਂ ਪਿੱਛੇ ਹਟਦੇ ਹਾਂ ਤੇ ਅਸੀਂ ਦੁੱਖ ਪਾਉਂਦੇ ਹਾਂ, ਕਈ ਵਾਰੀ ਅਸੀਂ ਸਿਧਾਂਤ ਨੂੰ ਛੱਡਦੇ ਨਜ਼ਰ ਆਉਂਦੇ ਹਾਂ। ਮੈਂ ਅੱਗੇ ਵੀ ਬੇਨਤੀ ਕੀਤੀ ਸੀ ਥੱਲੜੇ ਹਾਲ 'ਚ, ਜਦੋਂ ਅਰਦਾਸ ਕਰਦੇ ਹਾਂ ਨਾ ਆਪਾਂ, ਅਰਦਾਸ ਕੋਈ ਲਫ਼ਜ਼ਾਂ ਦੀ ਅਰਦਾਸ ਨਹੀਂ, ਜੇ ਸ਼ਬਦਾਂ ਦੀ ਅਰਦਾਸ ਨਹੀਂ, ਸ਼ਬਦ ਤੇ ਹੋ ਸਕਦਾ ਹਾਲ ਤੋਂ ਬਾਹਰ ਆਵਾਜ਼ ਨਾ ਜਾਂਦੀ ਹੋਵੇ, ਪਰ ਅਰਦਾਸ ਉਹ ਚੀਜ਼ ਹੈ ਜਿਹੜੀ ਪਰਮਾਤਮਾ ਦੀਆਂ ਆਂਦਰਾਂ ਨੂੰ ਖਿੱਚ ਪਾ ਦਿੰਦੀ ਆ। ਅਰਦਾਸ ਇੱਕ ਸਾਡਾ ਸਿਧਾਂਤ ਆ। ਅਰਦਾਸ ਦੇ ਵਿੱਚ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਆ ਵੀ ਭਾਈ 2 ਵਾਰੀ ਵਾਹਿਗੁਰੂ ਬੁਲਾਇਆ ਕਰੋ, ਬੋਲੋ ਜੀ ਵਾਹਿਗੁਰੂ। ਗ੍ਰੰਥੀ ਸਿੰਘ 1 ਵਾਰੀ ਬੋਲਦੇ, ਸੰਗਤ ਵੀ 1 ਵਾਰੀ ਬੋਲਦੀ ਆ। ਮੈਨੂੰ ਖਿਮਾ ਕਰਿਓ, ਗੁਟਕੇ ਸਾਹਿਬ ਤੋਂ ਅਰਦਾਸ ਪੜ੍ਹ ਲਿਓ ਜਾਂ ਸਵੇਰੇ ਸ਼ਾਮ ਸਤਿਗੁਰ ਸ੍ਰੀ ਹਰਿਮੰਦਰ ਸਾਹਿਬ ਤੁਹਾਡੇ ਘਰਾਂ 'ਚ ਟੀਵੀਆਂ 'ਤੇ ਆਉਂਦਾ, ਅਰਦਾਸ ਸਰਵਣ ਕਰਿਓ, 2 ਵਾਰੀ ਵਾਹਿਗੁਰੂ ਬੋਲਿਆ ਕਰੋ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਇਹ ਸਿਧਾਂਤ ਜੇ ਸਾਡਾ ਸਿਧਾਂਤ ਤੋਂ ਨਾ ਪਛੜ ਜਾਈਏ, ਖਿਮਾ ਕਰਦਾ ਬੋਲਦਿਆਂ ਚੱਲਦਿਆਂ ਵੱਧ ਘੱਟ ਬੋਲ ਕੇ ਹੋਈਏ। ਸਾਰੀਆਂ ਸੰਗਤਾਂ ਦਾ, ਪ੍ਰਬੰਧ ਦਾ, ਗੁਰੂ ਕੇ ਵਜ਼ੀਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।